ਸਤਿ ਸ੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਪੰਜਾਬ ਦੀ ਨੂੰਹ ਬਣੀ MLA ਅਦਿਤੀ ਸਿੰਘ ਨੂੰ ਪਾਰਟੀ ਚੋਂ ਕੱਢਣ ਦੀ ਉੱਠੀ ਮੰਗ, ਵਿਧਾਨ ਸਭਾ ਚ ਜਾਰੀ ਹੋਈ ਚਿੱਠੀ। ਦਿੱਲੀ ਟਰੇਡ ਫੇਅਰ ਚ ਮਨਾਇਆ ਗਿਆ ਪੰਜਾਬ ਡੇ, ਪੰਜਾਬੀ ਗਾਇਕ ਗੁਰਦਾਸ ਮਾਨ ਨੇ ਲਗਾਈਆਂ ਰੌਣਕਾਂ। ਡੇਰਾ ਬਿਆਸ ਦੇ ਮੁਖੀ ਦੀ ਪਤਨੀ ਦੇ ਦੇਹਾਂਤ ਦੀ ਖਬਰ ਮਿਲਣ ਤੇ ਡੇਰਾ ਪ੍ਰੇਮੀਆਂ ਚ ਸੋਗ ਦੀ ਲਹਿਰ, ਵੱਡੀ ਗਿਣਤੀ ਚ ਦਰਸ਼ਨਾਂ ਲਈ ਬਿਆਸ ਪਹੁੰਚ ਰਹੇ ਨੇ ਲੋਕ। ਅਤੇ ਮਲੋਟ ਚ ਆਰਮੀ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, 3 ਜਵਾਨਾਂ ਦੀ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਨਵਾਂ ਸ਼ਹਿਰ ਤੋਂ MLA ਅੰਗਦ ਸੈਣੀ ਦੀ ਪਤਨੀ ਅਦਿਤੀ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਹਟਾਉਣ ਵਾਸਤੇ UP ਵਿਧਾਨ ਸਭਾ ਚ ਇੱਕ ਚਿੱਠੀ ਜਾਰੀ ਕੀਤੀ ਗਈ ਹੈ। ਇਹ ਚਿੱਠੀ ਕਾਂਗਰਸੀ ਵਿਧਾਇਕ ਅਨੁਰਾਧਾ ਮਿਸ਼ਰਾ ਵੱਲੋਂ ਲਿਖੀ ਗਈ ਹੈ। ਰਾਏਬਰੇਲੀ ਤੋਂ ਕਾਂਗਰਸ ਸਾਂਸਦ ਅਦਿਤੀ ਸਿੰਘ, ਜਿਹਦਾ ਹੁਣੇ ਹੀ ਪਿਛਲੇ ਹਫ਼ਤੇ ਹੀ ਨਵਾਂਸ਼ਹਿਰ ਦੇ MLA ਅੰਗਦ ਸੈਣੀ ਨਾਲ ਵਿਆਹ ਹੋਇਆ ਸੀ, ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਹਟਾਉਣ ਵਾਸਤੇ, ਕਾਂਗਰਸ ਪਾਰਟੀ ਤੋਂ ਨਿਕਾਲਣ ਵਾਸਤੇ UP ਦੀ ਜਿਹੜੀ ਕਾਂਗਰਸ ਦੀ CLP ਲੀਡਰ ਹੈ ਅਨੁਰਾਧਾ ਮਿਸ਼ਰਾ, ਉਹਨਾਂ ਨੇ ਇੱਕ ਲੈਟਰ UP ਦੇ ਵਿਧਾਨ ਸਭਾ ਅਧਿਅਕਸ਼ ਨੂੰ ਲਿਖਿਆ ਹੈ। ਉਹਦੇ ਵਿੱਚ ਕਈ ਗੱਲਾਂ ਕਹੀ ਗਈਆਂ ਨੇ ਕਿ ਇਹਨੂੰ ਪਾਰਟੀ ਵਿਰੋਧੀ ਕੰਮ ਕਰ ਰਹੀ ਹੈ, ਇਸ ਕਰਕੇ ਇਹਨੂੰ ਪਾਰਟੀ ਤੋਂ ਨਿਸ਼ਕਾਸ਼ਿਤ ਕਰ ਦਿੱਤਾ ਜਾਏ, ਪਾਰਟੀ ਤੋਂ ਕੱਢ ਦਿੱਤਾ ਜਾਏ। ਦਰਅਸਲ ਹੋਇਆ ਕਿ ਸੀ, 2 ਅਕਤੂਬਰ ਨੂੰ ਕਾਂਗਰਸ UP ਸਰਕਾਰ ਨੇ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ, ਉਹਦਾ ਬਾਈਕਆਊਟ ਕਾਂਗਰਸ ਪਾਰਟੀ ਕਰ ਰਹੀ ਸੀ। ਅਤੇ ਅਦਿਤੀ ਸਿੰਘ ਨੂੰ ਵੀ ਕਿਹਾ ਗਿਆ ਸੀ ਕਿ ਤੂੰ ਉਸ ਸੈਸ਼ਨ ਦੇ ਵਿੱਚ ਨਹੀਂ ਜਾਣਾ, ਪਰ ਉਹ ਸੈਸ਼ਨ ਦੇ ਵਿੱਚ ਗਈ, ਉਹਨੇ ਅਟੈਂਡ ਕੀਤਾ। ਉਸ ਤੋਂ ਬਾਅਦ ਉਹਨੂੰ ਕਾਰਨ ਬਤਾਓ ਨੋਟਿਸ ਦਿੱਤਾ ਗਿਆ ਸੀ, ਜਿਹਦਾ ਜਵਾਬ ਉਹਨੇ ਹਾਲੇ ਤੱਕ ਨਹੀਂ ਦਿੱਤਾ। ਇਹਦੇ ਨਾਲ ਨਾਲ ਉਸੀ ਦੇ ਆਸ ਪਾਸ ਪ੍ਰਿਯੰਕਾ ਗਾਂਧੀ ਦੀ ਰੈਲੀ ਸੀਗੀ ਰਾਏਬਰੇਲੀ ਦੇ ਵਿੱਚ, ਉਹਦੇ ਵਿੱਚ ਵੀ ਅਦਿਤੀ ਸਿੰਘ ਨਹੀਂ ਗਈ, ਕਿਉਂਕਿ ਰਾਏਬਰੇਲੀ ਲਈ ਉਹਨਾਂ ਦਾ ਆਪਦਾ ਹਲਕਾ ਹੈ। ਪਰ ਫਿਰ ਵੀ ਉਹ ਪ੍ਰਿਯੰਕਾ ਗਾਂਧੀ ਦੀ ਰੈਲੀ ਦੇ ਵਿੱਚ ਨਹੀਂ ਗਈ ਸੀ। ਇਸ ਤੋਂ ਬਾਅਦ ਹੀ ਪਾਰਟੀ ਤੋਂ ਲਗਾਤਾਰ ਦੇ ਕਾਰਜਕ੍ਰਮਾਂ ਤੋਂ ਉਹ ਬਚਦੀ ਹੋਈ ਨਜ਼ਰ ਆ ਰਹੇ ਸੀਗੇ, ਅਤੇ ਹੁਣ ਉਹਨਾਂ ਦੇ ਖਿਲਾਫ਼ ਜਿਹੜਾ ਪਾਰਟੀ CLP ਨੇ, ਉਹਨਾਂ ਨੇ ਇੱਕ ਲੈਟਰ ਲਿਖਿਆ ਹੈ, ਉਹਦੇ 'ਤੇ ਹਾਲਾਂਕਿ ਐਕਸ਼ਨ ਕੀ ਹੋਏਗਾ ਉਹ ਵਿਧਾਨ ਸਭਾ ਅਧਿਅਕਸ਼ ਜਿਹੜੇ ਸਪੀਕਰ ਨੇ ਉਹ ਦੇਖਣਗੇ, ਪਰ ਮੁਸ਼ਕਿਲਾਂ ਜ਼ਰੂਰ ਵੱਧ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਹੁਣੇ ਹੀ ਪਿਛਲੇ ਹਫ਼ਤੇ ਹੀ ਅੰਗਦ ਸੈਣੀ ਜਿਹੜੇ ਨੇ ਨਵਾਂਸ਼ਹਿਰ ਤੋਂ MLA ਨੇ, ਉਹਨਾਂ ਦੇ ਨਾਲ ਅਦਿਤੀ ਸਿੰਘ ਦਾ ਵਿਆਹ ਹੋਇਆ ਸੀ, ਅਤੇ ਉਸ ਦੌਰ ਵਿਆਹ ਦੇ ਵਿੱਚ ਵੀ ਕਾਫੀ ਕਾਂਗਰਸ ਦੇ ਵੱਡੇ ਲੀਡਰ ਆਏ ਸੀਗੇ। ਪਰ ਜਿਸ ਤਰ੍ਹਾਂ ਪਹਿਲਾਂ ਬੜੀਆਂ ਨਜ਼ਦੀਕੀਆਂ ਅਦਿਤੀ ਸਿੰਘ ਦੀਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਨਾਲ ਸੀਗੀਆਂ, ਪਰ ਉਹ ਵਿਆਹ ਦੇ ਵਿੱਚ ਨਦਾਦਰ ਦੇ ਉਹ ਪਹੁੰਚੇ ਨਹੀਂ, ਪੰਜਾਬ ਤੋਂ ਜ਼ਰੂਰ MLA ਦੇ ਵਿੱਚ ਪਹੁੰਚੇ ਸੀਗੇ। ਹੁਣ ਦੇਖਣਾ ਹੋਗਾ ਕਿ ਅੱਗੇ ਕੀ ਫੈਸਲਾ ਇਹਦੇ 'ਤੇ ਲਿੱਤਾ ਜਾਂਦਾ ਹੈ। ਦਿੱਲੀ ਤੋਂ ਕੈਮਰਾ ਲਕਸ਼ਣ ਨਾਲ ਨਿਤਿਨ ਦਿਮਾਨ, ਦੈਨਿਕ ਸਵੇਰਾ TV। ਦਿੱਲੀ 'ਚ ਚੱਲ ਰਹੇ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਪੰਜਾਬ ਡੇ ਮਨਾਇਆ ਗਿਆ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਸਮੇਤ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਪੁੱਜੇ। ਇਸ ਮੌਕੇ ਗੁਰਦਾਸ ਮਾਨ ਨੇ ਪੰਜਾਬੀ ਗੀਤਾਂ ਰਾਹੀਂ ਖੂਬ ਸਮਾਂ ਬੰਨਿਆ। ਦਿੱਲੀ 'ਚ ਚੱਲ ਰਹੇ ਇੰਟਰਨੈਸ਼ਨਲ ਟ੍ਰੇਡ ਫੇਅਰ 'ਚ ਅੱਜ ਪੰਜਾਬ ਡੇ ਮਨਾਇਆ ਗਿਆ, ਜਿਸ 'ਚ ਪਹੁੰਚੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਖੂਬ ਰੰਗ ਬੰਨਿਆ। ਉੱਥੇ ਇਸ ਸਮਾਗਮ 'ਚ ਪਹੁੰਚੇ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ 'ਚ ਇਨਵੈਸਟਮੈਂਟ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ। ਬਿਜ਼ਨਸ ਸਮਿਟ ਸਾਡਾ ਹੋਣ ਜਾ ਰਿਹਾ 5 ਔਰ 6 ਤਰੀਕ ਨੂੰ, ਉਹਦੇ ਲਈ ਪਿਛਲੇ ਸਾਲਾਂ ਦੇ ਵਿੱਚ ਅਸੀਂ ਕੋਈ 50,000 ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਹੋਇਆ ਸੀ ਪੰਜਾਬ ਦੇ ਵਿੱਚ। ਹੁਣ ਸਾਨੂੰ ਬਹੁਤ ਵੱਡੀ ਉਮੀਦ ਹੈ ਕਿ ਜਿਸ ਤਰ੍ਹਾਂ ਲੋਕ ਆ ਰਹੇ ਨੇ, ਇੱਕ ਬਹੁਤ ਵੱਡਾ ਨਿਵੇਸ਼ ਹੋਏਗਾ, ਖਾਸ ਕਰਕੇ MSME ਜਿਹੜੇ ਸਾਡੇ ਛੋਟੇ ਯੂਨਿਟ ਨੇ, ਅਸੀਂ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ, ਉਹ ਨਵੇਂ ਲਗਾਉਣ ਦੇ ਲਈ ਵੀ ਬਹੁਤ ਅਸੀਂ ਇਹਦੇ ਵਿੱਚ ਪ੍ਰਯਾਸ ਕਰਾਂਗੇ। ਤੋ ਬਾਕੀ ਮੈਂ ਅੱਜ ਦੇ ਦਿਨ 'ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ। ਮੈਨੂੰ ਸਭ ਲੱਗਦਾ ਇਸ ਤਰੀਕੇ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨਾਲ ਕਲਚਰਲ ਐਕਟੀਵਿਟੀਜ਼ ਨੂੰ ਵਧਾਵਾ ਮਿਲੇਗਾ, ਅਤੇ ਲੋਕ ਦਿੱਲੀ 'ਤੇ ਜ਼ਿਆਦਾ ਸਮਝ ਸਕਣਗੇ ਪੰਜਾਬ ਦੇ ਕਲਚਰ। ਦੇਖੋ, ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਹੈ, ਅਸੀਂ ਗੁਰਦਾਸ ਮਾਨ ਸੱਦਿਆ, ਇਹ ਸਰੀਅਤ ਪੰਜਾਬੀ ਨਾਲ ਜੁੜਿਆ ਹੋਇਆ, ਔਰ ਜਿਹਦੇ ਗਾਣ ਦਾ ਕੋਈ ਮਤਲਬ ਹੈ, ਪੰਜਾਬ ਬਾਰੇ ਬੋਲਦੇ ਨੇ, ਪੰਜਾਬੀਅਤ ਦੀ ਗੱਲ ਕਰਦੇ ਨੇ, ਔਰ ਜਿਹੜਾ ਐਵੇਂ ਊਟ ਪਟਾਂਗ ਨਹੀਂ ਹੈ, ਜਿਹਦਾ ਕੋਈ ਮਤਲਬ ਹੈ ਉਹ ਹੀ ਬੋਲਦੇ ਨੇ। ਔਰ ਮੈਂ ਇਹਦੇ ਇਸ ਗੱਲ ਦੀ ਪੰਜਾਬ ਵੱਲੋਂ ਅੱਜ ਦਿੱਲੀ ਦੇ ਅੰਦਰ ਸਾਰੇ ਦੇਸ਼ ਨੂੰ ਵਧਾਈ ਦੇਣਾ ਚਾਹੁੰਦਾ, ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮ ਦੀ ਇਜਾਜ਼ਤ ਦਿੱਤੀ ਹੈ। ਦੱਸਦੀ ਕਿ ਦਿੱਲੀ 'ਚ ਹਰ ਸਾਲ ਇੰਡੀਅਨ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਵੱਲੋਂ
ट्रेड फेयर करवाया जाता है, जिस हर सूबे नू एक दिन दिता जाता है, जिस सूबे वालों अपने कल्चर अते होर चीज़ों बारे दसा जाता है। दिल्ली तो नितिन तिमान की रिपोर्ट, दैनिक सवेरा टीवी। डेरा ब्यास मुखी गुरिंदर ढिल्लों की पत्नी शबनम ढिल्लों के देहांत तो बाद डेरा प्रेमियों च सोग की लहर पाई जा रही है। डेरा प्रेमी ब्यास च उन्हां दे अंतिम दर्शन करन लई भारी गिणती च पहुंच रहे ने। डेरा ब्यास मुखी बाबा गुरिंदर सिंह ढिल्लों की धर्म पत्नी शबनम ढिल्लों का अज सवेरे लंदन विखे देहांत हो गया। जदों की यह खबर डेरा प्रेमी नूं पता लगी है तो उदों ही डेरा प्रेमी विच शोक की लहर है। तो डेरा प्रेमी बसा राही अते रेल गड्डियां राही ब्यास विखे जुटना पहुँचना वो शुरू हो चुके ने। कैमरा परसन मुकेश बावाना, सिकंदर परसीचा, दैनिक सवेरा टीवी, ब्यास। मलोट अबोहर रोड से भारतीय सेना की एक एंबूलेंस गड्डी दी ट्रक नाल भयानक टक्कर हो गई। इस हादसे च तीन जवानों की मौत हो गई। यह हादसा सड़क ते घूम रहे आवारा पशु कारण वापरिया। इस वेले की वड्डी खबर मलोट तो, जिथे मलोट अबोहर रोड से एक आर्मी की एंबूलेंस गड्डी दे अगे आवारा पशु आने कारण भयानक हादसा वापर गया। जानकारी के मुताबिक आर्मी की एंबूलेंस गड्डी अगे आवारा पशु आने कारण गड्डी सामने तो आ रहे ट्रक दे नाल टकरा गई, जिस कारण तीन आर्मी जवानों की मौके ते ही मौत हो गई, जबकि दो जने गंभीर रूप दे विच जख्मी हुए ने, जिन्हां नूं इलाज दे लई बठिंडा रेफर कर दिता गया। दस दिए कि हादसे तो बाद ट्रक चालक मौके तो फरार हो गया। मलोट तो मनप्रीत सिंह, दैनिक सवेरा टीवी। पाकिस्तान की जेल तो 16 साल की सजा कट मलेरकोटला का व्यक्ति भारत वापस परते है। दस दईए कि गुलाम फरीद भारत तो पाकिस्तान वीजा लेके गया सी, पर पाकिस्तान च उसका पासपोर्ट गवाच गया सी, जिस तो बाद पाकिस्तानी पुलिस ने उसनु देश द्रोही करार दिता। सोलह साल बाद पाकिस्तान की जेल तो रिहा होके मलेरकोटला का गुलाम फरीद भारत परता है, जिस तो बाद परिवार वालियां ते पिंड वालियां च काफी खुशी का माहौल है। गुलाम फरीद का कहना है कि अपने किसी रिश्तेदार नूं मिलन लई पाकिस्तान गया सी, ते उत्थे जाके उसका पासपोर्ट गुम हो गया सी, जिस तो बाद पुलिस ने उसनूं देश द्रोही समझ के गिरफ्तार कर लिया गया। इस मामले च उसने 16 साल पाकिस्तान की जेल च बिताए, जिस दे बाद अज 16 साल की जेल कट के पाकिस्तान तो भारत वापस परते है। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਆ ਕੇ ਮਿਲਿਆ ਹਾਂ, ਅਤੇ ਮੈਨੂੰ ਮੇਰਾ ਬੜਾ ਇਹਨਾਂ ਦਾ ਲੋਕਾਂ ਦਾ ਸ਼ੁਕਰ ਮੈਂ ਗੁਜ਼ਾਰਾ ਕਰਦਾ ਹਾਂ ਜਿਹਨਾਂ ਮੈਨੂੰ ਇੱਥੇ ਆ ਕੇ ਬੁਲਾਇਆ। ਤੁਸੀਂ ਕੀ ਕਰਨ ਗਏ ਸੀ ਪਾਕਿਸਤਾਨ? ਸਰ ਮੈਂ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਇੱਧਰ ਕਿੰਨੀ ਦੇਰ ਹੋ ਗਈ ਤੁਹਾਨੂੰ? ਮੈਨੂੰ 16 ਸਾਲ ਹੋ ਗਏ ਨੇ ਜੀ। ਕਿਹੜੇ ਸਨ ਚ ਗਏ ਸੀ ਤੁਸੀਂ? ਮੈਂ ਕੋਈ 2003 ਚ ਗਿਆ ਸੀ, ਮਤਲਬ 2003 ਦੇ ਵਿੱਚ। ਹੁਣ ਕਿੰਨੀ ਦੇਰ ਬਾਅਦ ਤੁਹਾਨੂੰ ਉਹ ਮਤਲਬ ਜੇਲ੍ਹ ਦੀ ਸਜ਼ਾ ਕੱਟ ਕੇ ਆਏ ਹੋ? ਤੇ 16 ਸਾਲ ਬਾਅਦ। ਮੈਨੂੰ ਬੜੀ ਖੁਸ਼ੀ ਆ ਜਿਹਦਾ ਕੋਈ ਇੰਤਹਾ ਹੀ ਨਾ। ਤੁਹਾਡੇ ਨਾਲ ਕੋਈ ਕਿਸ ਤਰ੍ਹਾਂ ਦਾ ਕੋਈ ਗਲਤ ਵਤੀਰਾ ਕੋਈ ਕੀਤਾ ਹੋਵੇ? ਨਹੀਂ, ਮੇਰੇ ਜੇਲ੍ਹ ਦੇ ਵਿੱਚ ਨਹੀਂ ਇਸ ਤਰ੍ਹਾਂ ਕੋਈ ਮਸਲਾ ਕੋਈ ਨਹੀਂ ਥਾ, ਇਸ ਤਰ੍ਹਾਂ ਸਭ ਠੀਕ ਠਾਕ ਥਾ। ਮਲੇਰਕੋਟਲਾ ਤੋਂ ਮਨੀਸ਼ ਕੁਮਾਰ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਵਿਦੇਸ਼ਾਂ 'ਚ ਜਾ ਰਹੇ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਦਿਨੋ ਦਿਨ ਸਾਹਮਣੇ ਆ ਰਹੀਆਂ ਨੇ। ਅਜਿਹਾ ਹੀ ਇੱਕ ਮਾਮਲਾ ਫਿਲੀਪੀਨਸ ਦੇ ਸ਼ਹਿਰ ਮਨੀਲਾ ਤੋਂ ਆਇਆ ਹੈ, ਜਿੱਥੇ ਕਿ ਬਾਗਾ ਪੁਰਾਣਾ ਦੇ ਇੱਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਉਸ ਦਾ ਕਤਲ ਕਰ ਦਿੱਤਾ ਗਿਆ। ਰੋਜ਼ੀ ਰੋਟੀ ਦੀ ਭਾਲ 'ਚ 9 ਸਾਲ ਪਹਿਲਾਂ ਬਾਗਾ ਪੁਰਾਣਾ ਤੋਂ ਮਨੀਲਾ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੀਤੀ ਕੱਲ ਸ਼ਾਮ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਬੇਟੇ ਦਾ ਗੋਲੀਆਂ ਮਾਰ ਕੇ ਮਨੀਲਾ 'ਚ ਕਤਲ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਨਰਵੀਰ ਸਿੰਘ ਆਪਣੀ ਪਤਨੀ ਨੂੰ ਦਵਾਈ ਦਵਾਉਣ ਲਈ ਹਸਪਤਾਲ ਜਾ ਰਿਹਾ ਸੀ, ਤਾਂ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਦੇ ਬੇਟੇ ਨੂੰ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਨਰਵੀਰ ਦੇ ਪਿਤਾ ਨੇ ਭਾਰਤ ਸਰਕਾਰ ਤੋਂ ਨਰਵੀਰ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਉਹਦੇ ਘਰ ਵਾਲੇ ਦਵਾਈ ਦਵਾਉਣ ਚੱਲਿਆ ਸੀ, ਰਾਤ ਵਿਹਲਾ ਥਾਂ ਰੰਜ ਸੀ ਵਾਲੇ,
ਮਗਰੋਂ ਮੋਟਰਸਾਈਕਲ ਵਾਲੇ ਗਏ ਹੈ ਸਾਈਡ 'ਤੇ ਲਾ ਕੇ ਹੌਲੀ ਹੌਲੀ ਤੁਰੇ ਜਾਂਦੇ ਦੋਨੇ ਜੀ ਗੱਲਾਂ ਕਰਦੇ ਸਾਈਡ 'ਤੇ ਬਰਾਬਰ ਦੇ ਜਮ੍ਹਾਂ ਲਾ ਕੇ ਅਤੇ ਇੱਥੇ ਮਾਰੀ ਭੁੜਪੜੀ ਕਿੰਨਾ ਚਿਰ ਹੋ ਗਿਆ ਸੀ ਇਹਨੂੰ ਉੱਧਰ ਗਏ 7 ਸਾਲ ਪਹਿਲਾਂ ਲੱਗ ਗਿਆ ਜੀ ਜੀ ਕੀ ਕੰਮ ਕੀ ਕਰਦਾ ਸੀ ਬਸ ਫੈਂਸ ਦਾ ਕੱਪੜਾ ਚਾਹੇ ਪੈਸੇ ਦੇਣੇ ਲੈਣੇ ਪੈਸਿਆਂ ਦਾ ਸੀ ਬੜਾ ਪਿਆਰ ਆ ਜੀ ਪੈਸੇ ਲੈਣੇ ਜੀ ਪਰਿਵਾਰ 'ਚ ਹੋਰ ਕੌਣ ਕੌਣ ਸੀਗਾ ਜੀ ਉਹਦਾ ਉੱਥੇ ਹੋਰ ਸਾਡੇ ਉਹਦੇ ਘਰ ਵਾਲੇ ਸੀ ਉਹਦੀ ਭੈਣ ਸੀ ਪ੍ਰਾਹੁਣਾ ਸੀ ਸੀ ਹੋਰ ਵੀ ਸਿੱਖਾਂ ਦੇ ਮੁੰਡੇ ਆ ਜੀ ਕਾਫੀ ਆਉਣੇ ਆ ਬਾਅਦ 2 ਸਾਲ ਹੋ ਗਏ ਫਿਰ ਗਏ 3 ਮਹੀਨੇ ਪਿੱਛੋਂ ਦਾ ਪਰਿਵਾਰ ਵੀ ਆ ਉੜਿਆ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਗਾਂ ਦਾ ਕੀ ਤੁਹਾਡਾ ਕਿਸ ਤਰ੍ਹਾਂ ਮੁਸ਼ਕਲਾਂ ਆ ਰਹੀਆਂ ਨੇ ਇਸ ਬਾਰੇ ਦੇਖੋ ਸਾਡੇ ਪੱਤਰਕਾਰ ਦੀ ਖਾਸ ਰਿਪੋਰਟ ਟੋਲ ਪਲਾਜ਼ਾ ਦੇ ਬਿਲਕੁਲ ਨਾਲ ਇੱਕ ਕਾਊਂਟਰ ਲੱਗਿਆ ਹੋਇਆ ਹੈ ਜਿੱਥੇ ਫਾਸਟੈਗ ਨੇ ਜਿਹੜੇ ਉਹ ਬਣਾਏ ਜਾ ਰਹੇ ਹੈ ਗੱਲਬਾਤ ਵੀ ਕਰਾਂਗੇ ਜਿਹੜੇ ਲੋਕ ਇਹ ਫਾਸਟੈਗ ਬਣਵਾਉਣ ਆਏ ਨੇ ਭਾਅ ਜੀ ਪਤਾ ਹੈ ਤੁਹਾਨੂੰ ਕਿ ਫਾਸਟੈਗ ਕੀ ਚੀਜ਼ ਹੈ ਫਾਸਟੈਗ ਵੀ ਮਤਲਬ ਕਿ ਕੀ ਹੈ ਵੀ ਮਤਲਬ ਨਗਦ ਪੈਸੇ ਨਹੀਂ ਦਿੱਤੇ ਜਾਣਗੇ ਅਤੇ ਉਹ ਖਾਤੇ 'ਚ ਕੱਟੇ ਜਾਇਆ ਕਰਨ ਕੁਛ ਹੁਣ ਇੱਥੋਂ ਤੁਸੀਂ ਬਣਵਾਉਣ ਆਏ ਹੋ ਕਿ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਹਜੇ ਤਾਂ ਕੋਈ ਸਮੱਸਿਆ ਨਹੀਂ ਬਣੀ ਜਾਂਦੇ ਲਾਈਨ ਬਾਰ ਕਿਸੇ ਤਰ੍ਹਾਂ ਦਾ ਕੋਈ ਚਾਰਜ ਲਿਆ ਜਾ ਰਿਹਾ ਹੋਵੇ ਚਾਰਜ ਇੱਕ ਵਾਰੀ 150 ਰੁਪਿਆ ਕੱਟ ਰਿਹਾ ਕਹਿ ਰਹੇ ਉਦੋਂ ਬਾਅਦ ਖਾਤੇ 'ਚ ਵਾਪਸ ਆ ਜਾਂਦਾ ਹੋਰ ਵੀ ਲੋਕਾਂ ਕੋਲੋਂ ਜਾਣ ਲੈਂਦੇ ਹਾਂ ਭਾਅ ਜੀ ਫਾਸਟੈਗ ਬਾਰੇ ਹੈ ਜਾਣਕਾਰੀ ਤੁਹਾਨੂੰ ਨਹੀਂ ਸਾਨੂੰ ਜਾਣਕਾਰੀ ਹੈ ਨਹੀਂ ਅਤੇ ਫਿਰ ਇੱਥੇ ਕਿਉਂ ਖੜੇ ਫਾਸਟੈਗ ਬਣਵਾਉਣ ਵਾਸਤੇ ਜੀ ਹਾਂਜੀ ਪਤਾ ਨਹੀਂ ਹੈ ਤੁਹਾਨੂੰ ਕੀ ਕੰਮ ਕਰੂਗਾ ਨਹੀਂ ਨਹੀਂ ਪਤਾ ਨਹੀਂ ਭਾਈ ਸਾਹਿਬ ਕਹਿ ਰਿਹਾ ਕਿ ਇਹਨਾਂ ਨੂੰ ਨਹੀਂ ਪਤਾ ਭਾਅ ਜੀ ਤੁਹਾਨੂੰ ਪਤਾ ਹੈ ਕੀ ਕਰੂਗਾ ਫਾਸਟ ਨਾ ਜੀ ਸਾਨੂੰ ਤਾਂ ਇਹ ਪਤਾ ਵੀ ਅਸੀਂ ਹੁਣ ਗੱਡੀਆਂ ਲੰਘਾਉਣੀਆਂ ਜੀ ਕਹਿੰਦੇ ਉਹਦੇ ਤੋਂ ਬਿਨਾਂ ਇੱਥੇ ਲੰਘਣ ਨਹੀਂ ਦਿੱਤੀਆਂ ਜਾਣਗੀਆਂ ਵੀ ਇਸੇ ਕਰਕੇ 1 ਤਰੀਕ ਤੋਂ ਬਾਅਦ ਵੀ ਉਹ ਲਵਾਉਣਾ ਜ਼ਰੂਰੀ ਹੈ ਤਾਂ ਜਿੱਦਾਂ ਲੋਕ ਖੜੇ ਉਹ ਤਾਂ ਅਸੀਂ ਲਾਈਨ 'ਚ ਖੜੇ ਹਾਂ ਜੀ ਸਾਨੂੰ ਇਹਦਾ ਕੋਈ ਨਹੀਂ ਪਤਾ ਵੀ ਇਹਦਾ ਕੀ ਕੰਮ ਹੈ ਕੀ ਜ਼ਿਆਦਾ ਕੋਈ ਨੌਲੇਜ ਨਹੀਂ ਹੈ ਇਹਦੇ ਬਾਰੇ ਤਾਂ ਭਾਈ ਸਾਹਿਬ ਨੇ ਵੀ ਦੱਸਿਆ ਕਿ ਕੋਈ ਨੌਲੇਜ ਨਹੀਂ ਹੈ ਪਰ ਇਹਨਾਂ ਦੀ ਮਜਬੂਰੀ ਹੈ ਕਿ ਗੱਡੀਆਂ ਲੰਘਾਉਣੀਆਂ ਤਾਂ ਕਰਕੇ ਜਿਹੜਾ ਫਾਸਟੈਗ ਲਗਾ ਰਿਹਾ ਭਾਅ ਜੀ ਤੁਹਾਨੂੰ ਪਤਾ ਹੈ ਕੀ ਹੈ ਫਾਸਟੈਗ ਫਾਸਟੈਗ ਜੋ ਹੈਗਾ ਜੀ ਇੱਕ ਤਰ੍ਹਾਂ ਦਾ ਇੱਕ ਸਾਡਾ ਔਨਲਾਈਨ ਸਿਸਟਮ ਜਿਹੜਾ ਹੈਗਾ ਇਹ ਸਾਡਾ ਕ੍ਰੀਏਟ ਹੋਏਗਾ ਇਹਦੇ ਵਿੱਚ ਕਿਹਾ ਹੋਏਗਾ ਕਿ ਜੋ ਵੀ ਸਾਡਾ ਟ੍ਰੈਫਿਕ ਸਿਸਟਮ ਹੈਗਾ ਜੋ ਸਾਡਾ ਥਰੂ ਜੋ ਆਪਣਾ ਤੁਸੀਂ ਦੇਖ ਸਕਦੇ ਹੋ ਜਿਹੜੇ ਟੋਲ ਪਲਾਜ਼ੇਸ ਹੈਗੇ ਨੇ ਕਿੱਥੋਂ ਆਪਣਾ ਲੰਘਦਾ ਹੈਗਾ ਲੌਂਗ ਰੂਟ 'ਤੇ ਆਪਣਾ ਟ੍ਰੈਫਿਕ ਸਿਸਟਮ ਹੈਗਾ ਇਹਦੇ ਨਾਲ ਜਾਮ ਲੱਗ ਜਾਂਦਾ ਹੈਗਾ ਜਦੋਂ ਅਸੀਂ ਪੇਮੈਂਟ ਕਰਦੇ ਹਾਂਗੇ ਮੈਨੂਅਲੀ ਪਰ ਇਹਦੇ ਨਾਲ ਜੋੜਿਆ ਸਾਡਾ ਆਟੋਮੈਟਿਕਲੀ ਜਿਹੜਾ ਹੈਗਾ ਸਾਡੇ ਪੇਟੀਐਮ ਦੇ ਖਾਤੇ ਦੇ ਵਿੱਚੋਂ ਸਾਡਾ ਜਿਹੜਾ ਆਟੋਮੈਟਿਕਲੀ ਡਿਟੈਕਟ ਹੋ ਜਾਣਗੇ ਅਤੇ ਇਹਦੇ ਨਾਲ ਜਿਹੜਾ ਲੋਕਾਂ ਨੂੰ ਥੋੜ੍ਹੀ ਸਹੂਲਤਾਂ ਮਿਲੇਗੀ ਅਤੇ ਟ੍ਰੈਫਿਕ ਸਿਸਟਮ ਨੂੰ ਵੀ ਜਿਹੜਾ ਕੰਟਰੋਲ ਹੋਏਗਾ ਥੋੜ੍ਹਾ ਭੀੜ ਭੜੱਕਾ ਨਹੀਂ ਹੋਏਗਾ ਅਤੇ ਗੱਡੀਆਂ ਆਰਾਮ ਨਾਲ ਪਾਸ ਹੋਣਗੀਆਂ ਇਹ ਥੋੜ੍ਹਾ ਸਹੀ ਹੈ ਥੋੜ੍ਹਾ ਔਨਲਾਈਨ ਹੈਗਾ ਸਿਸਟਮ ਜਿਹੜਾ ਹੈਗਾ ਠੀਕ ਹੈ ਬਿਲਕੁਲ ਭਾਈ ਸਾਹਿਬ ਨੇ ਜਿਹੜਾ ਜਾਣਕਾਰੀ ਦਿੱਤੀ ਹੈ ਕਿ ਫਾਸਟੈਗ ਹੈ ਜਿਹੜਾ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕ ਨੇ ਇੱਥੇ ਫਾਸਟੈਗ ਦੇ ਲਈ ਆ ਰਹੇ ਹੈ ਗੱਲਬਾਤ ਕਰਾਂਗੇ ਭਾਅ ਜੀ ਫਾਸਟੈਗ ਬਾਰੇ ਜਾਣਦੇ ਹੋ ਨੌਲੇਜ ਹੈ ਹਾਂਜੀ ਹੁਣ ਰੀਸੈਂਟਲੀ ਇੰਟਰੋਡਿਊਸ ਕੀਤਾ ਵੀ ਜਿੰਨੇ ਵੀ ਟੋਲ 'ਤੇ ਬੰਦੇ ਜਾਣਗੇ ਉਹ ਉਹਨਾਂ ਦੀ ਐਂਟਰੀ ਫਾਸਟੈਗ ਥਰੂ ਹੀ ਹੋਏਗੀ ਅਸੀਂ ਵੀ ਅੱਜ ਇੱਥੇ ਇਹ ਇਸੇ ਚੱਕਰ 'ਚ ਵਿਜ਼ਿਟ ਕਰ ਰਹੇ ਹਾਂ ਕੀ ਕਿਸ ਤਰ੍ਹਾਂ ਇਹ ਵਰਕ ਕਿਸ ਤਰ੍ਹਾਂ ਕਰੇਗਾ ਥੋੜ੍ਹਾ ਜਿਹਾ ਦੱਸੋਗੇ ਮੇ ਬੀ ਹਜੇ ਸਾਨੂੰ ਜੋ ਨੌਲੇਜ ਹੋਈ ਹੈ ਕਿ ਮਤਲਬ ਇਹ 'ਤੇ ਟੈਗ ਲੱਗ ਜਾਏਗਾ ਜਦੋਂ ਵੀ ਤੁਸੀਂ ਐਂਟਰ ਕਰੋਗੇ ਸਕੈਨ ਹੋਏਗਾ ਅਤੇ ਉਸ ਤੋਂ ਆਟੋਮੈਟਿਕਲੀ ਪੇਮੈਂਟ ਕੱਟੀ ਜਾਏਗੀ ਤਾਂ ਬਿਲਕੁਲ ਜਿਹੜਾ ਦੱਸ ਰਹੇ ਹੈ ਕੁਝ ਲੋਕ ਕਿ ਆਟੋਮੈਟਿਕ ਜਿਹੜੀ ਪੇਮੈਂਟ ਹੈ ਉਹ ਡਿਡਕਟ ਹੋ ਜਾਏਗੀ ਅਕਾਊਂਟ ਦੇ ਵਿੱਚੋਂ ਅਤੇ ਜਿਸ ਤੋਂ ਬਾਅਦ ਜਿਹੜਾ ਆਪਣੇ ਵਹੀਕਲ ਹੈ ਵਹੀਕਲ ਨੂੰ ਲੈ ਕੇ ਜਿਹੜਾ ਟੋਲ ਪਲਾਜ਼ਾ ਕ੍ਰੋਸ ਕਰ ਸਕਣਗੇ ਭਾਅ ਜੀ ਤੁਸੀਂ ਇੱਥੇ ਖੜ੍ਹੇ ਹੋ ਹੈ ਬਣਵਾਉਣਾ ਹੈ ਉਹ ਫਾਸਟੈਗ ਹਾਂਜੀ ਵੀਰੇ ਹੈ ਕੁਝ ਜਾਣਕਾਰੀ ਇਹਦੇ ਬਾਰੇ ਨਹੀਂ ਵੀਰੇ ਨਹੀਂ ਤਾਂ ਨਹੀਂ ਹੈਗੀ ਮਤਲਬ ਥੋੜ੍ਹਾ ਬਹੁਤ ਪਤਾ ਹੈਗਾ ਜਿੰਨਾ ਕੁ ਪਤਾ ਉਹਨਾਂ ਦੱਸ ਦਿਓ ਇੰਨਾ ਕੁ ਪਤਾ ਵੀਰੇ ਜਿਵੇਂ ਆਪਾਂ ਕੋਈ ਐਮਰਜੈਂਸੀ ਆ ਜਾਂ ਕੋਈ ਆਪਾਂ ਨੂੰ ਕਾਹਲੀ ਜ਼ਿਆਦਾ ਆ ਇਹਦੇ ਔਨਲਾਈਨ ਪੈਸੇ ਕੱਟੇ ਜਾਂਦੇ ਨੇ ਆਪਣੇ ਅਕਾਊਂਟ ਦੇ ਵਿੱਚੋਂ ਪੇਟੀਐਮ ਦੇ ਨਾਲ ਲਿੰਕ ਹੋ ਜਾਂਦੇ ਆਪਣੇ ਅਤੇ ਜਿਵੇਂ ਟ੍ਰੈਫਿਕ ਇਹਦੇ ਨਾਲ ਵਾਹਵਾ ਨਹੀਂ ਹੁੰਦੀ ਗੀ ਇੰਨੀ ਕੁ ਜਾਣਕਾਰੀ ਆਪਾਂ ਨੂੰ ਹੋਰ ਵੀ ਲੋਕ ਨੇ ਭਾਈ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਕੁਝ ਹੈ ਜਾਣਕਾਰੀ ਤੁਸੀਂ ਇੱਥੇ ਖੜ੍ਹੇ ਹੋ ਫਾਸਟੈਗ ਬਣਵਾਉਣ ਦੇ ਲਈ ਨਹੀਂ ਭਾਈ ਜੀ ਸਾਨੂੰ ਤਾਂ ਕੋਈ ਨਹੀਂ ਅਸੀਂ ਤਾਂ ਊਂ ਆਇਆ ਨਾਲ ਇਹਨਾਂ ਦੇ ਭਾਅ ਜੀ ਕੋਈ ਹੈ ਨੌਲੇਜ ਹੈ ਕੁਝ ਦੱਸੋਗੇ ਜਰਾ ਕੀ ਨਹੀਂ ਕੋਈ ਨੌਲੇਜ ਨਹੀਂ ਸਾਨੂੰ ਜੀ ਅੱਛਾ ਵੈਸੇ ਹੀ ਖੜ੍ਹੇ ਹੋ ਹਾਂਜੀ ਵੈਸੇ ਹੀ ਆਏ ਹਾਂ ਅਸੀਂ ਤਾਂ ਭਾਅ ਜੀ ਤੁਸੀਂ ਦੱਸੋਗੇ ਕੀ ਹੈ ਫਾਸਟੈਗ ਥੋੜ੍ਹਾ ਜਿਹਾ
ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਹੈ ਜੀ, ਕਿ ਆਪਣਾ ਟਾਈਮ ਦੀ ਬੱਚਤ ਹੋ ਜਾਏ ਜੀ ਉਹਦੇ ਵਾਸਤੇ ਜੀ। ਕੋਈ ਇਹ ਕਿਸ ਤਰ੍ਹਾਂ ਕੰਮ ਕਰੇਗਾ ਕੁਛ ਇਸ ਤਰ੍ਹਾਂ ਦਾ ਪਤਾ ਹੋਵੇ? ਸਰ ਇਹ ਅਕਾਊਂਟ 'ਚੋਂ ਪੈਸੇ ਕੱਟ ਜਾਣਗੇ ਜੀ ਆਪਣਾ, ਗੱਡੀ ਲੱਗੂਗੀ ਉਹਦੀ। ਹੋਰ ਵੀ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੰਕਲ ਜੀ ਤੁਸੀਂ ਦੱਸੋਗੇ ਜਰਾ ਕਿਵੇਂ, ਥੋੜ੍ਹਾ ਜਿਹਾ ਦੱਸ ਦਿੰਦੇ ਕਿ ਕਿਵੇਂ ਵਰਕ ਕਰੇਗਾ ਇਹ? ਹਾਂਜੀ, ਅਤੇ ਜ਼ਿਆਦਾਤਰ ਲੋਕ ਨੇ ਜਿਹੜੇ ਸੰਘ ਰਹੇ, ਕਿਉਂਕਿ ਜਿਹੜੀ ਅਵੇਅਰਨੈਸ ਹੈ ਉਸਦਾ ਕਿਤੇ ਨਾ ਕਿਤੇ ਘੱਟ ਹੈ, ਅਤੇ ਲੋਕ ਨੇ ਜਿਹੜੇ ਇੱਥੇ ਪਹੁੰਚ ਰਹੇ ਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਮਜਬੂਰੀ ਹੈ ਉਹਨਾਂ ਦੀ ਟੋਲ ਪਲਾਜ਼ਾ ਨੂੰ ਕ੍ਰੋਸ ਕਰਨ ਦੇ ਲਈ, ਤਾਂ ਜਿਹੜਾ ਇੱਥੇ ਆਏ ਹੈ ਫਾਸਟੈਗ ਬਣਵਾਉਣ ਦੇ ਲਈ। ਅਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਤਾਜ਼ਾ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।